ਕਿਸਾਨ ਅੰਦੋਲਨ ਦਾ ਆਮ ਲੋਕਾਂ ਤੇ ਵੱਡਾ ਅਸਰ ਪੈ ਰਿਹਾ ਹੈ। ਜਿੱਥੇ ਇਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ, ਉੱਥੇ ਲੋਕਾਂ ਨੂੰ ਅੰਮ੍ਰਿਤਸਰ ਵਾਲੇ ਪਾਸਿਓਂ ਦਿੱਲੀ ਜਾਣਾ ਵੀ ਔਖਾ ਹੋ ਗਿਆ। ਤਾਂ ਦੱਸ ਦਈਏ ਕਿ ਜਿਸ ਕਾਰਨ ਜਹਾਜ਼ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਨੇ, ਜਿਨ੍ਹਾਂ ਨੇ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਹੈ ਉਹਨਾਂ ਨੂੰ ਦੁੱਗਣੇ ਤੋਂ ਵੀ ਵੱਧ ਰੇਟ 'ਤੇ ਹਵਾਈ ਟਿਕਟਾਂ ਖਰੀਦਣੀਆਂ ਪੈ ਰਹੀਆਂ ਨੇ। ਦਰਅਸਲ ਪੰਜਾਬ ਤੋਂ ਵੱਡੇ ਪੱਧਰ 'ਤੇ ਲੋਕ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ, ਕੈਨੇਡਾ, ਅਮੈਰੀਕਾ ਜਾਂ ਹੋਰਨਾਂ ਦੇਸ਼ਾਂ ਦੇ ਵਿੱਚ ਜਾਂਦੇ ਨੇ, ਤਾਂ ਉਹਨਾਂ ਨੂੰ ਦਿੱਲੀ ਜਾਣ ਦੇ ਲਈ ਸੜਕੀ ਆਵਾਜਾਈ ਜਿਹੜੀ ਹੈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਉਹ ਦਿੱਲੀ ਜਾਣ ਦੇ ਲਈ ਹਵਾਈ ਸਫ਼ਰ ਅਪਣਾ ਰਹੇ ਨੇ, ਤਾਂ ਜੋ ਅੰਮ੍ਰਿਤਸਰ ਤੋਂ ਪਹਿਲਾਂ ਫਲਾਈਟ ਲੈ ਕੇ ਦਿੱਲੀ ਜਾਂਦੇ ਨੇ, ਦਿੱਲੀ ਤੋਂ ਅੱਗੇ ਫਲਾਈਟ ਲੈਂਦੇ ਨੇ। ਤਾਂ ਇਸ ਕਰਕੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀਆਂ ਫਲਾਈਟਾਂ ਦਾ ਰੇਟ ਵੱਧ ਗਿਆ ਹੈ। 3000 ਰੁਪਏ ਤੋਂ ਵੱਧ ਕੇ 12000 ਰੁਪਏ ਤੱਕ ਇਹ ਰੇਟ ਪਹੁੰਚ ਗਿਆ ਹੈ। ਦੱਸ ਦਈਏ ਕਿ ਲੋਕ ਇਸ ਨੂੰ ਕਿਸਾਨ ਅੰਦੋਲਨ ਦੀ ਵਜ੍ਹਾ ਦੱਸ ਰਹੇ ਨੇ ਕਿ ਸੜਕਾਂ 'ਤੇ ਜਾਮ ਹੈ, ਜਿਸ ਕਰਕੇ ਲੋਕ ਪਰੇਸ਼ਾਨ ਨੇ ਅਤੇ ਉਹ ਹਵਾਈ ਸਫ਼ਰ ਰਾਹੀਂ ਦਿੱਲੀ ਪਹੁੰਚਣਾ ਚਾਹੁੰਦੇ ਨੇ, ਜਿਸ ਕਾਰਨ ਟਿਕਟਾਂ ਜਿਹੜੀਆਂ ਨੇ ਉਹ ਮਹਿੰਗੀਆਂ ਹੋ ਗਈਆਂ ਨੇ। ਕਿਸਾਨੀ ਅੰਦੋਲਨ ਦਾ ਕਿੰਨਾ ਫਰਕ ਪਿਆ ਫਲਾਈਟਾਂ 'ਤੇ, ਕਿੰਨੀ ਟਿਕਟ ਹੁੰਦੀ ਸੀ ਹੁਣ ਕਿੰਨੀ ਹੋ ਗਈ? ਦੇਖੋ ਜੀ, ਕਿਸਾਨੀ ਅੰਦੋਲਨ ਦਾ ਬਹੁਤ ਫਰਕ ਪਿਆ ਫਲਾਈਟ ਦੇ ਵਿੱਚ। ਮੰਨ ਲਓ ਜੇ ਇੱਥੋਂ ਦਿੱਲੀ ਦੀ ਗੱਲ ਕਰੀਏ ਅਸੀਂ, ਜਿਹੜਾ ਕਿ ਕਿਰਾਇਆ 4 ਤੋਂ 5 ਹਜ਼ਾਰ ਚੱਲਦਾ ਸੀ, ਹੁਣ 12 ਤੋਂ 13 ਹਜ਼ਾਰ ਤੱਕ ਪਹੁੰਚ ਗਿਆ। ਇਹਦਾ ਰੇਟ ਰੋਜ਼ ਫਲਕਚੁਏਟ ਹੋ ਰਿਹਾ। ਅਗਰ ਮੌਕੇ ਦੀ ਰਿਕੁਆਇਰਮੈਂਟ ਹੈ ਉਹ 25 ਹਜ਼ਾਰ ਤੱਕ ਵੀ ਜਾ ਰਿਹਾ, 20 ਹਜ਼ਾਰ ਤੱਕ ਵੀ ਜਾ ਰਿਹਾ। ਅਗਰ ਸਾਨੂੰ ਕੱਲ੍ਹ ਦੀ ਫਲਾਈਟ ਚਾਹੀਦੀ ਹੈ, ਕਈ ਵਾਰ ਤਾਂ ਅਵੇਲੇਬਲ ਵੀ ਨਹੀਂ ਹੁੰਦੀ। ਹੁਣੇ ਦੇਖਦੇ ਹਾਂ ਅਵੇਲੇਬਲ, ਥੋੜ੍ਹੀ ਦੇਰ ਬਾਅਦ ਆਏਗਾ ਕਿ ਨੋਟ ਅਵੇਲੇਬਲ। ਤੁਸੀਂ ਔਨਲਾਈਨ ਟਿਕਟਾਂ ਦਾ ਕੰਮ ਕਿੰਨੀ ਦੇਰ ਤੋਂ ਕਰਦੇ ਹੋ? ਸਰ, ਔਨਲਾਈਨ ਟਿਕਟਾਂ ਦਾ ਕੰਮ 7 ਤੋਂ 8 ਸਾਲ ਤੋਂ ਕਰ ਰਿਹਾ। ਪਹਿਲਾਂ ਤੁਹਾਨੂੰ ਇੰਨਾ ਬਦਲਾਅ ਕਦੀ ਲੱਗਾ? ਵੀ ਇੰਨਾ ਜ਼ਿਆਦਾ ਬਦਲਾਅ ਕੋਵਿਡ ਦੇ ਟਾਈਮ 'ਤੇ ਥੋੜ੍ਹਾ ਜਿਹਾ ਆਇਆ ਸੀ, ਜਿਹਦੇ 'ਚ ਲਿਮਿਟਡ ਜਿਹੜੀਆਂ ਫਲਾਈਟਾਂ ਚੱਲਦੀਆਂ ਸੀ। ਬਟ ਹੁਣ ਅੰਮ੍ਰਿਤਸਰ, ਦਿੱਲੀ, ਪੰਜਾਬ ਤੋਂ ਜਿਹੜਾ ਬਾਹਰ ਦੀ ਫਲਾਈਟ ਦਾ ਰੇਟ ਆ, ਉਹ 'ਚ ਕਾਫੀ ਡਬਲ ਵਾਧਾ ਹੋਇਆ ਹੁਣ ਫਿਲਹਾਲ। ਲੋਕਾਂ ਨੂੰ ਕਿੰਨਾ ਕੁ ਫਰਕ ਪੈ ਰਿਹਾ, ਜੇਬਾਂ 'ਤੇ ਕਿੰਨਾ ਅਸਰ ਹੋ ਰਿਹਾ? ਲੋਕ ਟ੍ਰੇਨਾਂ ਦਾ ਰੁੱਖ ਕਰ ਰਹੇ ਜਾਂ ਅਦੇ 'ਚ ਜਾ ਰਹੇ? ਦੇਖੋ, ਟ੍ਰੇਨਾਂ 'ਚ ਅਵੇਲੇਬਿਲਟੀ ਨਹੀਂ ਮਿਲਦੀ ਕਈ ਵਾਰ ਮੌਕੇ 'ਤੇ, ਲੋਕ ਟ੍ਰੇਨ 'ਚ ਜਾ ਨਹੀਂ ਪਾਉਂਦੇ, ਫਲਾਈਟ ਦੇਖਦੇ ਆ ਅਤੇ ਉਹ ਡਬਲ ਤੋਂ ਟ੍ਰਿਪਲ ਰੇਟ ਚੱਲ ਰਿਹਾ। ਇਸ ਟਾਈਮ ਲੋਕਾਂ ਦਾ ਰੁਝਾਅ ਫਲਾਈਟ ਵੱਲ ਹੀ ਹੈ। ਜੇ ਜ਼ਿਆਦਾ ਲੰਬਾ ਅੰਦੋਲਨ ਚੱਲਦਾ, ਕੀ ਇਹਦੇ 'ਚ ਹੋਰ ਵਾਧਾ ਹੋ ਸਕਦਾ? ਦੇਖੋ, ਇਹ ਅਪ ਐਂਡ ਡਾਊਨ ਚੱਲਦਾ ਰਹਿੰਦਾ ਹੈ। ਅਗਰ ਤਾਂ ਰਿਕੁਆਇਰਮੈਂਟ ਹੈ, ਜਿੱਦਾਂ ਲੋਡ ਹੈ ਉਹਦਾ ਮੁੱਲ ਹੈ। ਮੰਨ ਲਓ ਕੱਲ੍ਹ ਦੀ ਫਲਾਈਟ ਚਾਹੀਦੀ ਹੈ, ਉਹ ਤਾਂ ਵੱਧਦਾ ਹੀ ਵੱਧਦਾ। ਡਬਲ ਹੈ ਕਿ ਟ੍ਰਿਪਲ ਹੈ? ਫਿਲਹਾਲ ਤਾਂ ਡਬਲ ਚੱਲ ਰਿਹਾ, ਟ੍ਰਿਪਲ ਤੱਕ ਆਸ ਹੈ ਕਿ ਟ੍ਰਿਪਲ ਤੱਕ ਹੋ ਜਾਏਗਾ। ਦਰ ਲੋਕ ਸਰ ਘਬਰਾਏ ਹੋਏ ਨੇ, ਪੈਨਿਕ ਨੇ, ਜਿਨ੍ਹਾਂ ਦੀ ਨੈਕਸਟ ਫਲਾਈਟਸ ਨੇ, ਇੰਟਰਨੈਸ਼ਨਲ ਟਰੈਵਲ ਕਰਨਾ, ਜਿਨ੍ਹਾਂ ਦੀ ਕੋਆਪਰੇਟ ਮੀਟਿੰਗਸ ਨੇ, ਜਿਹੜੇ ਇੱਥੇ ਛੁੱਟੀਆਂ 'ਤੇ ਆਏ ਨੇ, ਕਈ ਵਰਕਰ ਨੇ ਜਿਨ੍ਹਾਂ ਨੇ ਦਿੱਲੀ ਤੋਂ ਫਲਾਈਟ ਲੈ ਕੇ ਇੰਟਰਨੈਸ਼ਨਲ ਕੰਮ ਕਰਨ ਜਾਣਾ ਹੁੰਦਾ ਹੈ, ਸਾਰੇ ਡਰੇ ਹੋਏ ਨੇ। ਉਹ ਅੰਮ੍ਰਿਤਸਰ ਦਿੱਲੀ ਦੀ ਫਲਾਈਟ ਨਾਲ ਬੁੱਕ ਕਰਵਾ ਰਹੇ ਨੇ। ਠੀਕ।